ਖਬਰ ਹੁਸ਼ਿਆਰਪੁਰ ਦੇ ਕਸਬਾ ਗੜਤੀ ਵਾਲਾ ਤੋਂ ਹੈ, ਜਿੱਥੇ ਕਿ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲਿਆ ਸੀ, ਜਿਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਸਨ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਥਾਣਾ ਗੜਤੀ ਵਾਲਾ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਹਿਚਾਣ ਪ੍ਰਦੀਪ ਸਿੰਘ ਪੁੱਤਰ ਗਿਆਨ ਚੰਦ ਵਜੋਂ ਹੋਈ ਹੈ, ਜੋ ਕਿ ਗੜਤੀ ਵਾਲਾ ਦੇ ਨਜ਼ਦੀਕੀ ਪਿੰਡ ਭਾਣੋਵਾਲ ਦਾ ਰਹਿਣ ਵਾਲਾ ਸੀ। ਮੌਤ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਸਰਕਾਰੀ ਹਸਪਤਾਲ ਦੇ ਮੋਰਚਰੀ ਹਾਊਸ 'ਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਪੜਤਾਲ ਲਈ ਟੀਮ ਦਾ ਗਠਨ ਕਰ ਦਿੱਤਾ ਗਿਆ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਮ੍ਰਿਤਕ ਦੇ ਭਰਾ ਸਤਵਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦਾ ਭਰਾ ਪ੍ਰਦੀਪ ਸਿੰਘ ਮੋਟਰਸਾਈਕਲ 'ਤੇ ਘਰੋਂ ਗਿਆ ਸੀ, ਪਰੰਤੂ ਵਾਪਸ ਘਰ ਨਹੀਂ ਆਇਆ ਅਤੇ ਜਦੋਂ ਉਸ ਦੀ ਭਾਲ ਕੀਤੀ ਗਈ ਤਾਂ ਨਹਿਰ ਕੰਢਿਓਂ ਪ੍ਰਦੀਪ ਸਿੰਘ ਜ਼ਖਮੀ ਹਾਲਤ ਵਿੱਚ ਮਿਲਿਆ ਅਤੇ ਉਸ ਦੀ ਮੋਟਰਸਾਈਕਲ ਦੀ ਵੀ ਭੰਨ ਤੋੜ ਕੀਤੀ ਹੋਈ ਸੀ ਅਤੇ ਉਸ ਦੇ ਸਰੀਰ 'ਤੇ ਵੀ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ, ਜਿਸ ਨੂੰ ਤੁਰੰਤ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਦੌਰਾਨ ਇਲਾਜ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਤਵਿੰਦਰ ਸਿੰਘ ਜੀ, ਸਤਵਿੰਦਰ ਸਿੰਘ ਜੀ, ਤੁਹਾਡੇ ਬ੍ਰਦਰ ਜਿਹੜੇ ਲਾਪਤਾ ਹੋਏ ਸੀ ਔਰ ਉਹਨਾਂ ਦੀ ਡੈੱਡ ਬੋਡੀ ਤੁਹਾਨੂੰ ਨਹਿਰ ਕਿਨਾਰੇ ਮਿਲੀ, ਕੀ ਪੂਰਾ ਮਾਮਲਾ ਹੈ? ਦੇਖੋ ਜੀ, ਇਹਨਾਂ ਦਾ 21 ਤਰੀਕ ਨੂੰ ਰਾਤ ਨੂੰ 11:15 'ਤੇ ਮੇਰੀ ਇਹਨਾਂ ਦੀ ਮਿਸੇਜ ਦਾ ਮੈਨੂੰ ਕਾਲ ਆਇਆ ਕਿ ਭਾਅ ਜੀ ਵੀ ਇਹ ਜਿਹੜੇ ਹੈਗੇ ਘਰ ਨਹੀਂ ਆਏ ਅਤੇ ਨਾ ਹੀ ਇਹ ਫੋਨ ਪਿੱਕ ਕਰ ਰਹੇ ਆ ਜੀ। ਠੀਕ ਆ ਜੀ, ਉਸ ਤੋਂ ਬਾਅਦ ਮੈਂ ਵੀ ਆਪਣੇ ਫੋਨ ਤੋਂ ਕਾਲ ਕੀਤੀ ਪਰ ਇਹਨਾਂ ਨੇ ਫੋਨ ਨਹੀਂ ਕੋਈ ਪਿੱਕ ਕੀਤਾ। ਉਸ ਤੋਂ ਬਾਅਦ ਮੈਂ ਆਪਣੀ ਗੱਡੀ ਲੈ ਕੇ ਇਹਨਾਂ ਦੀ ਭਾਲ ਵਿੱਚ ਚਲਾ ਗਿਆ। ਠੀਕ ਆ ਜੀ, ਆਪਾਂ ਮੈਂ ਪਹਿਲਾਂ ਆਪਣੇ ਇੱਧਰ ਮਸਤੀਵਾਲ ਸਾਈਡ ਨਹਿਰ ਤੋਂ ਦੇਖ ਕੇ ਆਇਆ। ਠੀਕ ਆ ਜੀ, ਅਤੇ ਉਸ ਤੋਂ ਬਾਅਦ ਮੈਂ ਆਪਣੇ ਖੇਤਾਂ ਵੱਲੋਂ ਗਿਆ। ਜਦੋਂ ਮੈਂ ਗਾਂਹ ਜਾ ਕੇ ਦੇਖਿਆ ਤਾਂ ਉੱਥੇ ਮੈਨੂੰ ਇਹਨਾਂ ਦੀ ਬਾਈਕ ਜਿਹੜੀ ਸੀਗੀ ਉਹ ਤਾਂ ਲੇਟੀ ਹੋਈ ਸੀਗੀ ਅਤੇ ਇਸ ਸਾਈਡ 'ਤੇ ਤਾਂ ਲੰਮੇ ਪਏ ਸੀ। ਮੈਂ ਜਦੋਂ ਜਾ ਕੇ ਕੋਲ ਦੇਖਿਆ ਤਾਂ ਇਹਨਾਂ ਦਾ ਸਿਰ ਮਤਲਬ ਖੁੱਲ੍ਹਾ ਪਿਆ ਸੀ, ਪੂਰਾ ਫਟਿਆ ਪਿਆ ਸੀਗਾ ਅਤੇ ਇਹਨਾਂ ਨੂੰ ਕੁਛ ਉਹ ਸੁਰਤ ਨਹੀਂ ਸੀਗੀ, ਬਸ ਸਾਹ ਚੱਲ ਰਹੇ ਸੀਗੇ ਇਹਨਾਂ ਦੇ ਅਤੇ ਉੱਥੇ ਖੂਨ ਬਲੱਡ ਮਤਲਬ ਖਿਲ ਰਿਹਾ ਪਿਆ ਸੀ, ਚਰਬੀ ਬਾਹਰ ਆਈ ਹੋਈ ਸੀ, ਸਿਰ 'ਤੇ ਬਹੁਤ ਗਹਿਰੀ ਸੱਟ ਸੀਗੀ ਜੀ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਮੈਂ ਤੁਰੰਤ ਫੋਨ ਕੀਤਾ ਜੀ, ਮੈਂ 100 ਨੰਬਰ 'ਤੇ ਡਾਇਲ ਕੀਤਾ, 100 ਨੰਬਰ ਬਿਜ਼ੀ ਆਉਂਦਾ ਸੀ, ਕਿਸੇ ਨੇ ਚੱਕਿਆ ਨਹੀਂ। ਉਸ ਤੋਂ ਬਾਅਦ ਮੈਂ ਐਂਬੂਲੈਂਸ ਨੂੰ 108 ਨੰਬਰ 'ਤੇ ਕਾਲ ਕੀਤੀ, ਉਸ ਤੋਂ ਬਾਅਦ ਐਂਬੂਲੈਂਸ ਨੇ ਮੈਨੂੰ ਦੱਸਿਆ ਕਿ 112 ਨੰਬਰ 'ਤੇ ਤੁਸੀਂ ਕਾਲ ਕਰੋ ਜੀ। ਉਸ ਤੋਂ ਬਾਅਦ ਮੈਂ 112 ਨੰਬਰ 'ਤੇ ਕਾਲ ਕੀਤੀ, ਉਹਨਾਂ ਨੇ ਮੇਰਾ ਫੋਨ ਪਿੱਕ ਕੀਤਾ, ਮੇਰੀ ਡਿਟੇਲ ਲਈ ਸਾਰੀ, ਅਤੇ ਉਹਨਾਂ ਨੇ ਮੈਨੂੰ ਪੁੱਛਿਆ ਤੁਹਾਨੂੰ ਥਾਣਾ? ਮੈਂ ਕਿਹਾ ਜੀ ਸਾਨੂੰ ਗੜਦੀਵਾਲ ਥਾਣਾ ਪੈਂਦਾ, ਵੀ ਉਹਨਾਂ ਨੂੰ ਆਪਣੀ ਲੋਕੇਸ਼ਨ ਸਾਰੀ ਕੀਤੀ। ਉਹਨਾਂ ਨੇ ਮੈਂ ਪੁੱਛਿਆ ਕਿ ਮੈਂ ਇਹਨਾਂ ਨੂੰ ਆਪਣੇ ਹੋਸਪਿਟਲ ਲੈ ਕੇ ਜਾ ਸਕਦਾ? ਕਹਿੰਦੇ ਤੁਸੀਂ ਲੈ ਕੇ ਜਾ ਸਕਦੇ ਹੋ। ਠੀਕ ਹੈ ਜੀ, ਉਸ ਤੋਂ ਬਾਅਦ ਮੈਂ ਆਪਣੇ ਪਿੰਡ ਆਪਣੇ ਫੋਨ ਕੀਤਾ, ਮੇਰੇ ਕਜ਼ਨ ਬ੍ਰਦਰ ਨਾਲ ਮੇਰੀ ਗੱਲਬਾਤ ਹੋਈ, ਉਹ 2-3 ਮੁੰਡੇ ਆਏ ਜੀ, ਅਸੀਂ ਉਹਨਾਂ ਦਾ ਫਿਰ ਉਹਨਾਂ ਨੂੰ ਚੁੱਕ ਕੇ ਗੱਡੀ ਵਿੱਚ ਪਾ ਕੇ ਤਾਂ ਅਸੀਂ ਸਿੱਧਾ ਸਿਵਲ ਹੋਸਪਿਟਲ ਲੈ ਗਏ ਦਸੂਆ ਜੀ। ਉਹਨਾਂ ਨੇ ਕਿਹਾ ਵੀ ਇਹਦੀ ਹਾਲਤ ਬਹੁਤ ਕ੍ਰਿਟੀਕਲ ਹੈਗੀ ਹੈ ਜੀ, ਜੇ ਤੁਹਾਨੂੰ ਅਸੀਂ ਅੰਮ੍ਰਿਤਸਰ ਰੈਫਰ ਕਰਦੇ ਹਾਂ ਤਾਂ ਇਹਨਾਂ ਰਾਸਤੇ 'ਚ ਖਤਮ ਹੋ ਜਾਣਾ, ਤੁਸੀਂ ਇਹਨਾਂ ਨੂੰ ਕਿਸੇ ਹੋਰ ਹੋਸਪਿਟਲ ਲੈ ਕੇ ਜਾਣਾ ਚਾਹੁੰਦੇ ਤਾਂ ਲੈ ਜਾਓ। ਮੈਂ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਕਿਹਾ ਜੀ ਅਸੀਂ IVY ਹੋਸਪਿਟਲ ਵਿੱਚ ਲੈ ਜਾਣਾ, ਕਿਉਂਕਿ ਇੱਕ ਆਰਮੀ ਰਿਟਾਇਰ ਪਰਸਨ ਸੀਗੇ ਜੀ, ਉਹਨਾਂ ਦਾ ECH ਦਾ ਕਾਰਡ ਬਣਿਆ ਹੋਇਆ ਸੀ, ਇਸ ਕਰਕੇ ਮੈਂ IVY ਵਿੱਚ ਰੈਫਰ ਇਹਨਾਂ ਨੇ ਭੇਜਿਆ। ਰਾਤ ਦੇ 2 ਵਜੇ ਕਰੀਬ ਅਸੀਂ ਉੱਥੇ ਪਹੁੰਚੇ ਹਾਂ ਜੀ। ਜਦੋਂ ਉਹਨਾਂ ਨੇ ਸਕੈਨ ਕੀਤੀ ਹੈ ਜੀ, ਉਹਦੇ ਵਿੱਚ ਆਇਆ ਕਿ ਇਹਨਾਂ ਦੇ ਬਹੁਤ ਜ਼ਿਆਦਾ ਗਹਿਰੀ ਸੱਟ ਆਈ ਹੋਈ ਆ, ਇਹਨਾਂ ਦੀ ਖੋਪੜੀ ਵਗੈਰਾ ਡੈਮੇਜ ਹੋਈ ਆ। ਠੀਕ ਹੈ ਜੀ, ਔਰ ਇਹਨਾਂ ਦੀ ਕੋਈ ਸੁਰਤ ਨਹੀਂ ਸੀਗੀ। ਉਹਨਾਂ ਨੇ ਕਿਹਾ ਵੀ ਆਪਾਂ ਇੱਕ ਕੋਸ਼ਿਸ਼ ਕਰਕੇ ਦੇਖਦੇ ਹਾਂ ਜੀ, ਬਟ ਵੈਸੇ ਇਹਦਾ 99% ਖਤਮ ਹੋ ਚੁੱਕੇ ਆ ਜੀ। ਅਤੇ ਮੈਂ ਕਿਹਾ ਜੀ ਚਲੋ ਠੀਕ ਆ। ਉਹਨਾਂ ਨੇ ਕਿਹਾ ਜੀ ਓਪਰੇਟ ਕਰਨਾ ਪੈਣਾ ਆ। ਮੈਂ ਕਿਹਾ ਜੀ ਤੁਸੀਂ ਓਪਰੇਟ ਕਰੋ ਜੀ। ਠੀਕ ਹੈ ਜੀ, ਓਪਰੇਟ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਵੀ ਉਹਨਾਂ ਨੇ ICU ਵਿੱਚ ਰੱਖਿਆ ਅਤੇ ਕੱਲ੍ਹ 4 ਵਜੇ ਸਾਨੂੰ ਉਹਨਾਂ ਨੇ ਇਨਫੋਰਮ ਕਰ ਦਿੱਤਾ ਕਿ ਇਹਨਾਂ ਦੀ ਜਿਹੜੀ ਹੈਗੀ ਆ ਧੜਕਣ ਜਿਹੜੀ ਹੈ ਰੁਕ ਚੁੱਕੀ ਆ, ਵੀ ਆਪਾਂ ਲਾਸਟ ਕੋਸ਼ਿਸ਼ ਕਰ ਲਈ ਹੈ ਵੀ ਨਹੀਂ ਖਤਮ ਹੋ ਚੁੱਕੇ ਆ। ਕੀ ਲੱਗਦਾ ਕਿ ਹਮਲਾ ਹੋਇਆ ਤੁਹਾਡੇ ਬ੍ਰਦਰ? ਹਾਂਜੀ ਬਿਲਕੁਲ, ਹਮਲਾ ਹੋਇਆ ਜੀ। ਜਦੋਂ ਮੈਂ ਉੱਥੇ ਦੇਖਿਆ ਉੱਥੇ ਗੱਡੀ ਦੇ ਟਾਇਰ ਸੀਗੇ ਜੀ, ਕੋਈ ਇੱਕ ਬੰਦੇ ਦਾ ਕੰਮ ਨਹੀਂ ਸੀ, 4-5 ਬੰਦਿਆਂ ਦਾ ਕੰਮ ਸੀਗਾ ਜੀ। ਠੀਕ ਹੈ ਜੀ, ਹੁਣ ਕਿਉਂ ਕਿਸੇ ਨੇ ਕੀਤਾ, ਕਿੱਦਾਂ ਕੀਤਾ, ਇਹਦੇ ਬਾਰੇ ਸਾਨੂੰ ਕੁਛ ਪਤਾ ਨਹੀਂ ਹੈਗਾ ਜੀ। ਇਹ ਹੁਣ ਮੈਂ ਜੋ ਵੀ ਆਪਣੇ ਸਾਡੇ ਬਿਆਨ ਸੀਗੇ ਸਾਰਾ ਪੁਲਿਸ ਮਾਮਲੇ ਕੋਲ ਹੈਗਾ, ਡਿਪਾਰਟਮੈਂਟ ਕੋਲ। ਤੁਸੀਂ ਮੰਨ ਕਰਦੇ ਪੁਲਿਸ ਪ੍ਰਸ਼ਾਸਨ? ਇਹ ਮੰਨ ਕਰਦੇ ਹਾਂ ਕਿ ਜਿਹੜੇ ਬੰਦੇ ਹੈਗੇ ਆ ਉਹ ਪੜੇ ਜਾਣ ਜੀ, ਉਹਨਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਜੀ। ਠੀਕ ਹੈ ਜੀ,
ਅਤੇ ਹੁਣ ਤਾਂ ਇਹਨਾਂ ਦੇ ਅੱਗੇ ਸਾਡੀ ਇਹੀ ਆ ਕਿ ਬੇਨਤੀ ਹੈ ਕਿ ਸਾਨੂੰ ਛੇਤੀ ਛੇਤੀ ਇਨਸਾਫ ਦਵਾਇਆ ਜਾਵੇ। ਸਰ ਇਹੀ ਕਹਿਣਾ ਚਾਹੁੰਦੇ ਹਾਂ ਵੀ ਜੋ ਵੀ ਵਾਰਦਾਤ ਹੋਈ ਆ, ਜਿਹੜਾ ਸਾਨੂੰ ਲੱਗ ਰਿਹਾ ਕਿ ਮਰਡਰ ਹੋਇਆ ਆ, ਉਹਦੇ ਵਿੱਚ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਦੀ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਤੋਂ ਸਾਡੇ ਏਰੀਏ ਦੇ ਵਿੱਚ ਕੋਈ ਇੱਦਾਂ ਦੀ ਵਾਰਦਾਤ ਨਾ ਹੋ ਸਕੇ। ਇਹਦੇ ਵਿੱਚ ਮੇਰਾ ਮੰਨਣਾ ਪ੍ਰਦੀਪ ਹੈ, ਇੱਕ ਤਰੀਕ ਸ਼ਾਮ ਨੂੰ ਆਪਣੇ ਘਰੋਂ ਆਪਣੀ ਪਤਨੀ ਨੂੰ ਕਹਿ ਕੇ ਵੀ ਮੈਂ ਉੱਥੇ ਰਾਧਾ ਸਵਾਮੀ ਡੇਰੇ 'ਤੇ ਡਿਊਟੀ 'ਤੇ ਚੱਲਿਆ, ਪਰ ਲੇਕਿਨ ਇਹ ਉੱਥੋਂ ਜਦੋਂ ਕਲੀਅਰ ਕੀਤਾ ਗਿਆ ਇਹ ਰਾਤ ਉੱਥੇ ਡੇਰੇ 'ਤੇ ਨਹੀਂ ਪਹੁੰਚਿਆ ਅਤੇ ਨਾ ਹੀ ਇਹ ਡੁੱਬੇ ਸੀ ਉੱਥੇ। ਜਦੋਂ ਘਰ ਦੇ ਇਹਦੀ ਤਲਾਸ਼ ਕਰਦੇ ਰਹੇ ਅਤੇ ਇਹਦੀ ਜਿਹੜੀ ਡੈੱਡ ਬੋਡੀ ਜਿਹੜੀ ਇਹਦੇ ਸੱਟਾਂ ਇੰਨੀਆਂ ਲੱਗੀਆਂ ਸੀ, ਕੁਛ ਇਹਦੇ ਹਾਲ 'ਚ ਪਿਆ ਸੀ, ਅਤੇ ਇਹਦੀ ਫੋਨ ਦੀ ਲੋਕੇਸ਼ਨ ਤੋਂ ਇਹਦੇ ਘਰਦਿਆਂ ਨੇ ਜਾ ਕੇ ਇਹਦੇ ਬ੍ਰਦਰ ਨੇ ਜਾ ਕੇ ਦੇਖਿਆ, ਇਹਦੇ ਸਿਰ 'ਚ ਸਾਰੀ ਸੱਟਾਂ ਗੰਭੀਰ ਸੱਟਾਂ ਲੱਗੀਆਂ ਸੀ, ਅਤੇ ਇਹਦੀ ਦੌਰਾਨੇ ਇਲਾਜ ਜਿਹੜੀ ਇਹਦੀ ਮੌਤ ਹੋ ਗਈ ਆ। ਲੇਕਿਨ ਅਜੇ ਇਹਦੇ ਪਰ ਇਹੀ ਇਨਵੈਸਟੀਗੇਸ਼ਨ ਜਾਰੀ ਆ, ਪਰਚਾ ਦਰਜ ਕਰਤਾ 302 'ਚ ਦੋਸ਼ੀਆਂ ਦੀ ਭਾਲ ਜਿਹੜੀ ਕਰ ਰਹੇ ਹਾਂ, ਟੈਕਨੀਕਲ ਤੌਰ 'ਤੇ ਵੀ ਆਪਾਂ ਸੋਰਸ ਦੇ ਸੂ ਵੀ ਪਤਾ ਕਰ ਰਹੇ ਹਾਂ ਕਿਹਨਾਂ ਹਾਲਾਤਾਂ 'ਚ ਕੀ ਕਰ ਪਾਈ, ਕਿਹਨਾਂ ਦੀ ਲਾਗ ਡਾਟ ਸੀ ਜਾਂ ਕੀ ਕਰ ਬਸ। We at GNA University see potential in everyone and everything around us. We drive innovation and entrepreneurship. We groom competent global citizens to affect positive change around them.